ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦਿ ਗੁਰ ਏਨਮ ਹੈ ਜੁਗਾਦ ਗੁਰ ਏਨਮ ਹੈ ਸਤਿਗੁਰ ਏਨਮ ਹੈ ਸ੍ਰੀ ਗੁਰਦੇਵ ਏਨਮ ਹੈ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੀ ਸੋਇ ਅੰਭਵ ਸੁਭੰ ਸਰਬਦਾ ਸਰਬ ਜੁਗਤੀ ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਆਪੰਗੰ ਬਿਭੂਤੇ ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਇੱਕ ਆਸਰਾਏ ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਇੱਕ ਆਸਰਾਏ ਨਿਮਾਣਿਆਂ ਦਾ ਤੂੰ ਹੀ ਇੱਕ ਆਸਰਾਏ ਸਾਡਾ ਤੇ ਨਿਮਾਣਿਆਂ ਦਾ ਤਿੰਨ ਮਾਣਿਆਂ ਦਾ ਤੂੰ ਹੀ ਇੱਕ ਆਸਰਾਏ ਸਾਡਾ ਤਿੰਨ ਮਾਣਿਆਂ ਦਾ ਤੂੰ ਹੀ ਇੱਕ ਆਸਰਾਏ 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 ਹਾਂ ਤੂੰ ਹੀ ਇੱਕ ਆਸਰਾਏ ਤੂੰ ਹੀ ਇੱਕ ਆਸਰਾਏ ਤੂੰ ਹੀ ਇੱਕ ਆਸਰਾਏ ਆਸ ਜਾਏ ਤੂੰ ਹੀ ਇੱਕ ਆਸ ਰਾਏ ਤੂੰ ਹੀ ਇੱਕ ਆਸ
ਹੀ ਇੱਕ ਆਸਰਾਏ, ਤੂੰ 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 ਹੀ ਇੱਕ ਆਸਰਾਏ, ਸਾਡਾ ਤੇਰੇ ਮਾਣਿਆ ਗਾ, ਤੂੰ ਹੀ ਇੱਕ ਆਸਰਾਏ, ਸਾਡਾ ਤੇਰੇ ਮਾਣਿਆ ਗਾ, ਤੂੰ ਹੀ ਇੱਕ ਆਸਰਾਏ, ਸਾਡਾ ਤੇਰੇ ਮਾਣਿਆ ਗਾ, ਤੂੰ ਹੀ ਇੱਕ ਆਸਰਾਏ, ਸਾਡਾ ਦਿਲ ਮਾਣਦਾ, ਤੂੰ ਹੀ ਇੱਕ ਆਸਰਾਏ, ਸਾਡਾ ਦਿਲ ਮਾਣਦਾ, ਤੂੰ ਹੀ ਇੱਕ ਆਸਰਾਏ, ਸਾਡਾ ਦਿਲ ਮਾਣਦਾ, ਤੂੰ ਹੀ ਇੱਕ ਆਸਰਾਏ, ਡੰਡਾਉਤ ਬੰਧਨ ਅਨਕ ਬਾਗ, ਸਰਬ ਕਲਾ ਸਮਰੱਥ, ਡੋਲਣ ਤੇ ਰੱਖ ਹੋ ਪ੍ਰਭੁ, ਨਾਨਕ ਦੇ ਕਰ ਹੱਥ, ਨਾਰਾਇਣ ਨਰਪਤ ਨਮਸਕਾਰ, ਐਸੇ ਗੁਰ ਕੋ ਬਲ ਬਲ ਜਾਈਏ, ਬਲ ਬਲ ਜਾਈਏ, ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ, ਕੋਈ ਕਿਸੇ ਦਾ, ਕਿਸੇ ਦਾ ਕੋਈ, ਸਾਡਾ ਤੂੰ ਹੀ ਬਾਜਾਂ ਵਾਲਿਆ, ਕੋਈ ਕਿਸੇ ਦਾ, ਕਿਸੇ ਦਾ ਕੋਈ, ਸਾਡਾ ਤੂੰ ਹੀ ਬਾਜਾਂ ਵਾਲਿਆ, ਕੋਈ ਕਿਸੇ ਦਾ, ਕਿਸੇ ਦਾ ਕੋਈ, ਸਾਡਾ ਤੂੰ ਹੀ ਬਾਜਾਂ ਵਾਲਿਆ, ਕੋਈ ਕਿਸੇ ਦਾ, ਕਿਸੇ ਦਾ ਕੋਈ, ਸਾਡਾ ਤੂੰ ਹੀ ਬਾਜਾਂ ਵਾਲਿਆ, ਕੋਈ ਕਿਸੇ ਦਾ, ਕਿਸੇ ਦਾ ਕੋਈ, ਸਾਡਾ ਤੂੰ ਹੀ ਬਾਜਾਂ ਵਾਲਿਆ, ਕੋਈ ਕਿਸੇ ਦਾ, ਕਿਸੇ ਦਾ ਕੋਈ, ਸਾਡਾ ਤੂੰ ਹੀ ਬਾਜਾਂ ਵਾਲਿਆ, ਸਗਲ ਦੁਆਰ ਕਾ ਚਾਟ ਕੈ ਕਹਿਓ ਤੁਹਾਰੋ ਦੁਆਰ, ਆਹੇ ਕਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ, ਪਰਮ ਸਨਮਾਨਯੋਗ
ਗੁਰੂ ਪਿਆਰੇ ਸਿੰਘ ਸਾਹਿਬਾਨ, ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੱਜ ਕੇ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਦੇ ਨਾਲ ਜੋ ਸਤਿਕਾਰਯੋਗ ਕੌਮੀ ਜਥੇਦਾਰ ਸਿੰਘ ਸਾਹਿਬਾਨ ਭਾਈ ਧਿਆਨ ਸਿੰਘ ਜੀ ਮੰਦ ਸਿੰਘ ਸਾਹਿਬਾਨ, ਜਥੇਦਾਰ ਭਾਈ ਬਲਜੀਤ ਸਿੰਘ ਜੀ ਦਾਦੂਵਾਲ, ਸਤਿਕਾਰਯੋਗ ਸਿੰਘ ਸਾਹਿਬਾਨ ਭਾਈ ਅਮਰੀਕ ਸਿੰਘ ਜੀ ਅਜਨਾਲਾ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਅੱਜ ਦਾ ਇਨਸਾਫ ਮੋਰਚਾ 63ਵੇਂ ਦਿਨ ਦੇ ਵਿੱਚ ਪਹੁੰਚਿਆ ਹੈ, ਕਹਿਣ ਤੋਂ ਭਾਵ ਕਿ 2 ਮਹੀਨੇ ਤੇ 3 ਦਿਨ ਹੋ ਗਏ, 3ਜਾ ਦਿਨ ਅੱਜ ਸ਼ੁਰੂ ਹੋਇਆ, ਜੋ ਦਿਨ ਰਾਤ ਗੁਰੂ ਦੀਆਂ ਸੰਗਤਾਂ ਵੱਲੋਂ ਸਹਿਯੋਗ ਆ ਰਿਹਾ। ਸੋ ਸਾਧ ਸੰਗਤ, ਜੋ ਆਪਾਂ ਧਾਰਨਾ ਪੜ੍ਹੀ ਹੈ, ਮੈਨੂੰ ਭਾਈ ਜਗਦੀਪ ਸਿੰਘ ਜੀ ਭੁੱਲਰ ਉਹਨਾਂ ਨੇ ਇਹ ਹੁਕਮ ਕੀਤਾ ਕਿ ਧਾਰਨਾ ਜ਼ਰੂਰ ਪੜ੍ਹਨੀ ਹੈ। ਅਕਸਰ ਇਹ ਧਾਰਨਾ ਇਹ ਬੋਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਮਰਦੇ ਮੁਜਾਹਦ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਾਬਾ ਏ ਕੌਮ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਹ ਧਾਰਨਾ ਪੜ੍ਹਿਆ ਕਰਦੇ ਸਨ। ਬੋਲੋ ਸਤਨਾਮ। ਸੰਤ ਜੀ ਪੜ੍ਹਿਆ ਕਰਦੇ ਸਨ, ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਇੱਕ ਆਸਰਾ। ਸੰਤ ਜੀ ਕਹਿੰਦੇ ਸਾਨੂੰ ਕਿਸੇ ਤੇ ਭਰੋਸਾ ਨਹੀਂ, ਨਾ ਸਾਨੂੰ ਸਮੇਂ ਦੀਆਂ ਸਰਕਾਰਾਂ ਤੇ ਭਰੋਸਾ, ਨਾ ਸਾਨੂੰ ਵਕੀਲਾਂ ਜੱਜਾਂ ਤੇ ਭਰੋਸਾ ਹੈ। ਬਾਜਾਂ ਵਾਲਿਆ, ਸਾਨੂੰ ਤੇ ਤੇਰੇ ਚਰਨਾਂ ਤੇ ਭਰੋਸਾ ਹੈ। ਬੋਲੋ ਸਤਨਾਮ। ਤੁਮਹੇ ਸਾਡ ਕੋਈ ਅਵਰ ਨਾ ਧਿਆਉ, ਜੋ ਵਰ ਚਾਹੋ ਸੋ ਤੁਮ ਤੇ ਪਾਉ। ਦਸ਼ਮੇਸ਼ ਪਿਤਾ ਜੀ ਦੇ ਬਚਨ, ਚੌਪੀ ਸਾਹਿਬ ਦੇ ਬੋਲ ਸਿੰਘ ਸਾਹਿਬਾਨਾਂ ਤੋਂ ਆਪਾਂ ਸਰਵਣ ਕੀਤੇ, ਜੋ ਰੋਜ਼ਾਨਾ ਦੀ ਤਰ੍ਹਾਂ ਦੀਵਾਨਾਂ ਦੀ ਸਰੋਂ ਆਤ ਹੋਈ ਹੈ, ਤੇ ਸਾਧ ਸੰਦਗੀ ਦਿਨ ਰਾਤ ਸਿੰਘ ਸਾਹਿਬਾਨ ਵੀ ਇਹ ਪੜ੍ਹਦੇ ਨੇ ਕਿ ਇਹ ਜੋ ਮੋਰਚਾ ਹੈ ਗੁਰੂ ਦਾ ਮੋਰਚਾ ਹੈ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਦੇ ਸੰਬੰਧ ਵਿੱਚ ਰੋਸ ਵਜੋਂ ਇਹ ਮੋਰਚਾ ਲਾਇਆ ਗਿਆ, ਤੇ ਸਾਧ ਸੰਦਗੀ ਦਿਨ ਰਾਤ ਸਿੰਘ ਸਾਹਿਬਾਨ ਪੜ੍ਹਦੇ ਨੇ ਤੇ ਸਾਨੂੰ ਵੀ ਪੜ੍ਹਾਉਂਦੇ ਨੇ ਕਿ ਇਹ ਮੋਰਚਾ ਗੁਰੂ ਦਾ, ਕਿਸੇ ਬੰਦੇ ਦਾ, ਆਮ ਵਿਅਕਤੀ ਦਾ ਨਹੀਂ, ਨਾ ਕਿਸੇ ਦੇ ਵੱਟ ਡੌਲੇ ਦਾ ਕੋਈ ਰੌਲਾ, ਨਾ ਕਿਸੇ ਦੇ ਪਏ ਦਾ ਕੋਈ ਰੌਲਾ, ਨਾ ਘਰ ਬਾਰ ਦਾ ਰੌਲਾ। ਇਹ ਤੇ ਇਨਸਾਫ ਮੋਰਚਾ ਜੋ 3 ਮੰਗਾਂ ਦੇ ਸੰਬੰਧੀ ਆਪ ਜੀ ਨੇ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਵਾਂਦਰ ਉਹਨਾਂ ਤੋਂ ਸੁਣਿਆ, ਤੇ ਸਾਧ ਸੰਗਤ ਜੀ ਜੋ ਦੇਖਦੇ ਆ ਦਿਨ ਰਾਤ, ਬੱਚੇ ਨੌਜਵਾਨ ਵੀਰ ਭੈਣਾਂ ਮਾਤਾਵਾਂ, ਸਤਿਕਾਰਯੋਗ ਸਾਡੇ ਬਜ਼ੁਰਗ ਬੜੇ ਪਿਆਰ ਦੇ ਨਾਲ ਹਾਜ਼ਰੀ ਭਰਦੇ। ਰਾਤ ਤਕਰੀਬਨ 10 ਵਜੇ ਦਾ ਟਾਈਮ ਸੀ, ਛੋਟੇ ਛੋਟੇ ਬੱਚੇ ਖੇਡ ਰਹੇ ਸਨ ਇੱਥੇ ਪੰਡਾਲ ਦੇ ਵਿੱਚ, ਤੇ 2 ਬੱਚਿਆਂ ਨੂੰ ਮੈਂ ਸੱਦ ਕੇ ਪੁੱਛਿਆ, ਮੈਂ ਕਿਹਾ ਤੁਸੀਂ ਇੱਥੇ ਕੀ ਕਰਨ ਆਉਣੇ ਹੋ?
ਮੈਨੂੰ ਕਹਿੰਦੇ ਬਾਬਾ ਤੈਨੂੰ ਨਹੀਂ ਪਤਾ, ਮੈਂ ਕਿਹਾ ਦੱਸੋ ਤੇ ਸਹੀ। ਕਹਿੰਦੇ ਆਪਣੇ ਗੁਰੂ ਦੇ ਅੰਗ ਪਾੜ ਕੇ ਖਿਲਾਰ ਦਿੱਤੇ ਉਹਨਾਂ ਵੈਰੀਆਂ ਨੇ, ਤੇ ਉਹਨਾਂ ਦਾ ਇਨਸਾਫ ਲੈਣ ਵਾਸਤੇ ਬਾਬਾ ਜੀ ਨੇ ਮੋਰਚਾ ਲਾਇਆ। ਬੋਲੋ ਸਤਨਾਮ। ਉਹਨਾਂ ਬੱਚਿਆਂ ਨੇ ਕਿਹਾ ਜੋ 5-7 ਸਾਲ ਦੀ ਉਮਰ, ਬਿਲਕੁਲ ਉਹਨਾਂ ਬੱਚਿਆਂ, ਤੇ ਮੈਂ ਉਹਨਾਂ ਨੂੰ ਪੁੱਛਿਆ ਦਿਨੇ ਵੀ ਆਉਣੇ ਆ? ਕਹਿੰਦੇ ਨਹੀਂ ਦਿਨੇ ਨਹੀਂ ਆਉਂਦੇ। ਮੈਂ ਕਿਹਾ ਕਿਉਂ? ਕਹਿੰਦੇ ਦਿਨੇ ਸਾਨੂੰ ਸਕੂਲਾਂ ਚੋਂ ਮਾਸਟਰ ਛੁੱਟੀ ਨਹੀਂ ਦਿੰਦੇ, ਸਾਨੂੰ ਛੁੱਟੀਆਂ ਨਹੀਂ ਦਿੰਦੇ, ਜੀ ਤਾਂ ਬੜਾ ਕਰਦਾ ਸਕੂਲ ਜਾਈਏ ਹੀ ਨਾ, ਇੱਥੇ ਹੀ ਰਹੀਏ। ਬੱਚਿਆਂ ਦੇ ਮਨ ਵਿੱਚ ਬੜਾ ਚਾਓ। ਮੈਂ ਸੋਚਿਆ ਮਨਾ ਦੇਖੋ ਇਹਨਾਂ ਬੱਚਿਆਂ ਦੇ ਮਨ ਵਿੱਚ ਚਾਅ ਹੈ ਕਿ ਅਸੀਂ ਆਪਣੇ ਗੁਰੂ ਦੀ ਬੇਅਦਬੀ ਦੇ ਰੋਸ ਵਜੋਂ ਇੱਥੇ ਆਉਣੇ, ਆਪਣਾ ਹੱਕ ਲੈਣਾ, ਇਨਸਾਫ ਲੈਣ ਵਾਸਤੇ ਆਉਣੇ। ਤੇ ਸਾਧ ਸੰਗਤ ਉਹ ਵੀ ਬੱਚੇ ਨੇ ਜਿਹੜੇ ਦਿਨ ਰਾਤ ਨਸ਼ਿਆਂ ਦੇ ਵਿੱਚ ਗਲਤਾਨ ਰਹਿੰਦੇ ਨੇ, ਉਹ ਵੀ ਬੱਚੇ ਨੇ ਜਿਹੜੇ ਸਾਧ ਸੰਦਗੀ ਦਿਨ ਰਾਤ ਮਾਤਾ ਪਿਤਾ ਨੂੰ ਗਾਲਾਂ ਮੰਦੇ, ਬੋਲ ਬੋਲਦੇ, ਭੈੜੇ ਬੋਲ ਬੋਲਦੇ ਨੇ। ਤੇ ਇਹ ਵੀ ਬੱਚੇ ਨੇ ਜਿਹੜੇ ਦਿਨ ਰਾਤ ਇੱਥੇ ਸੇਵਾ ਕਰਦੇ ਨੇ। ਬੋਲੋ ਸਤਨਾਮ। ਗੁਰਬਾਣੀ ਨੇ ਉਹਨਾਂ ਨੂੰ ਧੰਨ ਆਖਿਆ, ਬਾਬਾ ਫਰੀਦ ਸਾਹਿਬ ਜੀ ਨੇ ਉਹਨਾਂ ਨੂੰ ਧੰਨ ਆਖਿਆ। ਕਿੰਨਾ ਨੂੰ? ਉਹ ਤੇ ਧੰਨ ਨੇ ਜਨੇਂਦੀਆਂ ਮਾਵਾਂ, ਜਿਨ੍ਹਾਂ ਦੇ ਬੱਚੇ ਨਾਮ ਜਪਦੇ। ਧੰਨ ਨੇ ਜਨੇਂਦੀਆਂ ਮਾਵਾਂ, ਜਿਨ੍ਹਾਂ ਦੇ ਬੱਚੇ ਨਾਮ ਜਪਦੇ। ਨਾਮ ਜਪ ਦੇ ਤੁਨ ਦੀਆਂ ਮਾਵਾਂ, ਜਿਨ੍ਹਾਂ ਦੇ ਬੱਚੇ ਨਾਮ ਜਪ ਦੇ ਤੁਨ ਨੇ ਜਿਨੇ ਦੀਆਂ ਮਾਵਾਂ, ਜਿਨ੍ਹਾਂ ਦੇ ਬੱਚੇ ਨਾਮ ਜਪ ਦੇ ਨੇ, ਉਹ ਬਾਪੂ ਧੰਨ ਨੇ ਜਿਨ੍ਹਾਂ ਦੇ ਬੱਚੇ ਨਾਮ ਜਪਦੇ ਸੇਵਾ ਕਰਦੇ ਨੇ। ਆਓ ਇਸ ਮੋਰਚੇ ਦੇ ਵਿੱਚ ਸਿੰਘ ਸਾਹਿਬਾਨਾਂ ਦਾ ਸਮਰਥਨ ਕਰਨ ਵਾਸਤੇ ਜਥਾ ਪਹੁੰਚਿਆ। ਜਥੇ ਦੇ ਆਗਮਨ ਦੀ ਸਾਧ ਸੰਗਤ ਖੁਸ਼ੀ ਦੇ ਵਿੱਚ ਕਹਿ ਲਈਏ, ਜਥੇ ਦੇ ਆਉਣ ਦੀ ਖੁਸ਼ੀ ਦੇ ਵਿੱਚ ਕਹਿ ਲਈਏ, ਪਿਆਰ ਦੇ ਨਾਲ ਜਕਾਰਾ ਬੁਲਾਈਏ, ਬੋਲੇ ਪਿਆਰ ਦੀ ਨਿਸ਼ਾਨੀ, ਪਿਆਰ ਦਾ ਸਬੂਤ ਆ ਜੋ ਦਿਨ ਰਾਤ ਸ੍ਰੀ ਅਕਾਲ, ਜੋ ਦਿਨ ਰਾਤ
ਇੱਥੇ ਸਿੰਘ ਸਾਹਿਬਾਨਾਂ ਵੱਲੋਂ ਸੰਗਤਾਂ ਨੂੰ ਜੀ ਆਇਆਂ, ਪਿਆਰ ਦੇ ਨਾਲ ਸੰਗਤਾਂ ਦਾ ਸਤਿਕਾਰ ਕਰੀਏ। ਆਓ ਪਿਆਰਿਓ ਤੁਹਾਨੂੰ ਜੀ ਆਇਆਂ, ਆਓ ਸੰਗਤ ਜੀ ਤੁਹਾਨੂੰ ਜੀ ਆਇਆਂ। ਵੱਲੋਂ ਸੰਗਤਾਂ ਨੂੰ ਜੀ ਆਇਆਂ ਨੂੰ, ਜਿੰਨੇ ਕਦਮ ਚੱਲ ਕੇ ਆਏ ਸਿਰ ਮੱਥੇ ਸਤਿਗੁਰੂ ਸਵਾਰਿਓ, ਸਭ ਦਾ ਆਪਣਾ ਫਰਜ਼ ਹੈ, ਦਿਨ ਰਾਤ ਇੱਕ ਕਰ ਦਈਏ। ਜਿੰਨੇ ਜੋਗੇ ਆ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ, ਸੱਚੇ ਪਾਤਸ਼ਾਹ ਜੀ ਤੁਮ ਹੈ ਸਾਡ ਕੋਈ ਅਵਰ ਨਾ ਧਿਆਉ, ਜੋ ਵਰ ਚਾਹੋ ਸੋ ਤੁਮ ਤੇ ਪਾਉ। ਸੱਚੇ ਪਾਤਸ਼ਾਹ ਜੀ ਜੋ ਅਸੀਂ ਰਹਿਮਤਾਂ ਲੈਣੀਆਂ ਤੁਹਾਡੇ ਚਰਨਾਂ ਦੇ ਵਿੱਚੋਂ ਲੈਣੀਆਂ, ਐ ਬਾਜਾਂ ਵਾਲਿਆ ਆ ਤੁਹਾਡੇ ਸਿੰਘ ਬਿਨਾਂ ਕਸੂਰ ਤੋਂ ਬਿਨਾਂ ਗੁਨਾਹਾਂ ਤੋਂ ਗੇਲਾਂ ਭੁਗਤ ਰਹੇ ਨੇ, ਆਪਣੀ ਸਜ਼ਾ ਵੀ ਪੂਰੀ ਕਰ ਚੁੱਕੇ ਨੇ। ਸੱਚੇ ਪਾਤਸ਼ਾਹ ਕਿਰਪਾ ਕਰੋ, ਉਹਨਾਂ ਨੂੰ ਰਿਹਾਈ ਬਖਸ਼ੋ। ਐ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਆਪ ਜੀ ਨੇ, ਆਪ ਜੀ ਦਾ ਇਤਿਹਾਸ ਪੜ੍ਹਿਆ ਕਿ ਆਪ ਜੀ ਨੇ 52 ਕੈਦੀ ਰਾਜੇ ਰਿਹਾ ਕਰਵਾਏ। ਸੱਚੇ ਪਾਤਸ਼ਾਹ ਇਹ ਤੁਹਾਡੀ ਕੌਮ ਦਾ ਮਸਲਾ ਹੈ, ਇਹ ਤੁਹਾਡੇ ਆਪਣੇ ਦਰ ਦਾ ਆਪਣੇ ਘਰ ਦਾ ਮਸਲਾ। ਸੱਚੇ ਪਾਤਸ਼ਾਹ ਕਿਰਪਾ ਕਰੋ, ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀਏ, ਮਹਾਰਾਜ ਦੇ ਚਰਨਾਂ ਵਿੱਚ ਹੱਥ ਬੰਨ ਕੇ ਬੇਨਤੀ ਕਰੀਏ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹੂ ਕੈ ਸੁਣੈ। ਆਓ ਗੁਰੂ ਸਾਡੀ ਪੁਕਾਰ ਸੁਣੇਗਾ, ਪਿਆਰ ਦੇ ਨਾਲ ਪੁਕਾਰ ਕਰੀਏ, ਬੇਨਤੀ ਕਰੀਏ। ਬੰਧਨ ਕੱਟ ਦੇ ਕਲਗੀਆਂ ਵਾਲਿਆ, ਸਾਰੇ ਪਿਆਰ ਦੇ ਨਾਲ ਬੋਲਿਓ, ਬੰਧਨ ਕੱਟ ਦੇ ਕਲਗੀਆਂ ਵਾਲਿਆ, ਕਰ ਦਿਓ ਰਿਹਾਈ ਸਿੰਘਾਂ ਦੀ। ਬੰਧਨ ਕੱਟ ਦੇ ਕਲਗੀਆਂ ਵਾਲਿਆ, ਕਰ ਦੇ ਰਿਹਾਈ ਸਿੰਘਾਂ ਦੀ। ਬਤਨ ਕੱਟ ਦੇ ਕਲਗੀਆਂ ਵਾਲਿਆ, ਕਰ ਦੋ ਰਿਹਾਈ ਸਿੰਘਾਂ ਦੀ। ਬਤਨ ਕੱਟ ਦੋ ਕਲਗੀਆਂ ਵਾਲਿਆ, ਕਰ ਦੋ ਰਿਹਾਈ ਸਿੰਘਾਂ ਦੀ। ਬਤਨ ਕੱਟ ਦੇ ਕਲਗੀਆਂ ਵਾਲਿਆ, ਕਲਗੀਆਂ ਵਾਲਿਆ, ਕਰ ਦਿਓ ਰਿਹਾਈ ਸਿੰਘਾਂ ਦੀ। ਬੰਧਨ ਕੱਟ ਦੇ ਕਲਗੀਆਂ ਵਾਲਿਆ, ਕਰ ਦਿਓ ਰਿਹਾਈ ਸਿੰਘਾਂ ਦੀ। ਬੰਧਨ ਕੱਟ ਦੇ ਕਲਗੀਆਂ ਵਾਲਿਆ,
ਬੰਧਨ ਕੱਟ ਦੋ ਕਲਗੀਆਂ ਵਾਲਿਆ, ਕਰ ਦੋ ਬਹਾਈ ਸਿੰਘਾਂ ਦੀ, ਬੰਧਨ ਕੱਟ ਦੋ ਕਲਗੀਆਂ ਵਾਲਿਆ, ਕਰ ਦੋ ਬਹਾਈ ਸਿੰਘਾਂ ਦੀ। ਸੱਚੇ ਪਾਤਸ਼ਾਹ ਤੁਹਾਨੂੰ ਬੰਦੀ ਛੋੜ ਕਹਿੰਦੇ ਨੇ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਸਤਿਗੁਰ ਸਿੱਖ ਕੇ ਬੰਧਨ ਕੱਟੈ। ਬਾਜਾਂ ਵਾਲਿਆ, ਤੁਸਾਂ ਨੇ ਰਹਿਮਤ ਕੀਤੀ ਮਨਵਾੜ ਦੀ ਧਰਤੀ ਤੇ, ਰਾਜਾ ਬਾਲਾ ਰਾਓ ਤੇ ਰਾਜਾ ਰੁਸਮਤ ਰਾਓ ਦੇ ਬੰਧਨ ਕੱਟੇ, ਉਹਨਾਂ ਕੈਦੀ ਰਾਜਿਆਂ ਨੂੰ ਰਿਹਾ ਕਰਵਾਇਆ ਹੈ, ਤੇ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਨੂੰ ਰਿਹਾ ਕਰਵਾ ਦਿਓ। ਬੋਲੋ ਸਤਨਾਮ। ਆਪਾਂ ਨੂੰ ਬੇਨਤੀ ਸ਼ੁਰੂ ਵਿੱਚ ਮੈਂ ਪੜ੍ਹੀ ਹੈ, ਸਾਧ ਸੰਦਗੀ ਕਿਸੇ ਦਾ ਕੋਈ ਆਸਰਾ ਨਹੀਂ ਹੈ ਸਿੱਖ ਨੂੰ, ਸਿੱਖ ਨੂੰ ਆਪਣੇ ਗੁਰੂ ਦਾ ਆਸਰਾ ਲੈਣਾ ਤੱਕਣਾ ਚਾਹੀਦਾ। ਹਮਰੀ ਕਰੋ ਹੱਥ ਦੈ ਰਿਛਾ, ਗੁਰੂ ਤੇ ਟੇਕ, ਗੁਰੂ ਤੇ ਭਰੋਸਾ ਹੋਵੇ ਸਿੱਖ ਦਾ। ਆਓ ਗੁਰੂ ਸਵਾਰਿਓ, ਜੋ ਤਿੰਨ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਹੋਇਆ ਸਤਿਕਾਰਯੋਗ ਸਿੰਘ ਸਾਹਿਬਾਨਾਂ ਨੇ, ਸੋ ਦਿਨ ਰਾਤ ਚੜ੍ਹਦੀ ਕਲਾ ਦੇ ਨਾਲ ਸੰਗਤਾਂ ਆਉਂਦੀਆਂ, ਗੁਰਸਿੱਖ ਆਪ ਜੀ ਪਿਆਰ ਵਾਲੇ ਆਉਂਦੇ ਹੋ, ਜਿਨ੍ਹਾਂ ਦੇ ਮਨ ਵਿੱਚ ਗੁਰੂ ਦਾ ਦਰਦ ਹੈ, ਵਿਰਾਗ ਹੈ, ਪਿਆਰ ਹੈ, ਤੇ ਸਾਧ ਸੰਦਗੀ ਗੁਰੂ ਕਿਰਪਾ ਕਰਨਗੇ, ਸੰਗਤਾਂ ਦੀ ਅਰਦਾਸ, ਸੰਗਤਾਂ ਦੀ ਬੇਨਤੀ ਸੁਣਨਗੇ। ਸੋ ਆਓ ਮੈਂ ਸਮਾਪਤੀ ਦੇ ਵਿੱਚ ਸਤਿਕਾਰਯੋਗ ਮਰਦੇ ਮੁਜਾਹਦ ਦਮਦਮੀ ਟਕਸਾਲ ਦੇ 14ਵੇਂ ਮੁਖੀ ਬਾਬਾ ਏ ਕੌਮ ਸੰਤ ਗੁਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜੀਵਨ ਦੇ ਵਿੱਚੋਂ ਆ ਧਾਰਨਾ ਪੜ ਸਮਾਪਤੀ ਕਰਾਂ, ਉਪਰੰਤ ਸਮਾਪਤੀ। ਤੇਰੀ ਤੀਰ ਦਾ ਪਿਆਲ ਸ਼ਿਕਾਰਾ, ਤੇਰੇ ਤੀਰ ਦਾ ਪਿਆਲ ਸ਼ਿਕਾਰਾ, ਟੈਂਕਾਂ ਦੇ ਮੂੰਹ ਤੋੜਤੇ, ਤੀਰ ਦਾ ਪਿਆਲ ਸ਼ਿਕਾਰਾ, ਟੈਂਕਾਂ ਦੇ ਮੂੰਹ ਤੋੜਤੇ, ਤੀਰ ਦਾ ਪਿਆਲ ਬਾਬਾ ਤੀਰ ਵਾਲਿਆ, ਤੈਨੂੰ ਕੌਮ ਆਵਾਜ਼ਾਂ ਅਜਵਾਰੇ, ਆਜਾ ਬਾਬਾ ਤੀਰ ਵਾਲਿਆ, ਤੈਨੂੰ ਕੌਮ ਆਵਾਜ਼ਾਂ ਅਜਵਾਰੇ, ਆਜਾ ਬਾਬਾ ਤੀਰ ਵਾਲਿਆ, ਤੈਨੂੰ ਕੌਮ ਆਵਾਜ਼ਾਂ ਅਜਵਾਰੇ, ਆਜਾ ਬਾਬਾ ਤੀਰ ਵਾਲਿਆ, ਤੈਨੂੰ ਕੌਮ ਅਜਵਾਰੇ, ਆ ਜਾ ਬਾਬਾ ਤੀਰ ਵਾਲਿਆ, ਤੈਨੂੰ ਕੌਮ ਵਾਜਾ ਅਜਵਾਰੇ, ਆ ਜਾ ਬਾਬਾ ਤੀਰ ਵਾਲਿਆ, ਸੂਰਾ ਸੋ ਪਹਿਚਾਨੀਆਂ ਜੋ ਨਰੇ ਦੀਨ ਕੇ,
ਪੁਰਜਾ ਪੁਰਜਾ ਕੱਟ ਮਰੈ ਕਬੂ ਆਓ ਗੁਰੂ ਸਵਾਰਿਓ ਅਤਿ ਸਤਿਕਾਰਯੋਗ ਕੀਰਤਨੀ ਜਥੇ ਕਬਿਸਰੀ ਜਥੇ ਢਾਡੀ ਸਿੰਘ ਪਹੁੰਚੇ ਨੇ ਉਹਨਾਂ ਪਾਸੋਂ ਆਪਾਂ ਗੁਰੂ ਕਾ ਪਾਵਨ ਇਤਿਹਾਸ ਹਰ ਕੀਆਂ ਕਥਾ ਕਹਾਣੀਆਂ ਸਰਵਣ ਕਰਨੀਆਂ ਨੇ ਸੋ ਮੈਂ ਰਹਿੰਦੇ ਸਮੇਂ ਦੇ ਵਿੱਚ ਹੀ ਸਮਾਪਤੀ ਕਰਾਂ ਸਮੂਹ ਸੰਗਤਾਂ ਦਾ ਧੰਨਵਾਦ ਸਿੰਘ ਸਾਹਿਬਾਨਾਂ ਦਾ ਧੰਨਵਾਦ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।